चित्त वते
कोए ना पूरे मनोरथ कोए ना पूरे चले उठ निरास मनोरथ कोए मनोरथ कोए ना पूरे मनोरथ कोए ना पूरे चले उठ निरास चले उठ झूठे करते आस झूठे करते आस कभी बिकारे चितवते कभी बिकारे चितवते झूठे करते करते आस कबीर बिकार चितवते कबीर बिकारे चितवते झूठे करते आस झूठे करते आस मनोरथ कोई ना पूरे करत विकार
विकार चितवते करत विकार दो कर जात करत विकार दो कर जात राम रतन निध तिल नहीं धारत भरन पोखन संग औद विहानी बिकार चितवते भरण पोखण संग औद विहानी जय जगदीश की गत नहीं जानी औद विहानी सुख संपत को आवत देखे सुख संपत को आवत देखे साकत मन अभिमान भया साकृत मन अभिमान भया जिसका एहो तन धन सो लेवै झूठे करते आस जिसका एहो तन धन सो लेवै अंतर सहसा दुख पाया विकार चितवते झूठे करते आस माटी को पुतरा कैसे नचत है देखे देखे सुने बोले दौड़ियो फिरत है झूठे करते आस दौड़ियो फिरत है जब किछु पावे जब किछु पावे तब गर्व करत है सुख संपत को आवत देखे जब किछु पावे तब गर्व करत है साकत मन अभिमान भया जब किछु पावे तब गर्व करत है माया गई तब रोन लगत है झूठे करते आस माया गई तब रोन लगत है कबीर बेकार चितवते मन दा सुभा है बाबा कबीर जी श्लोक दिया दो लाइना विच हमेशा एक सब्जेक्ट समझा देंदे ने कंप्लीट कर देंदे कहंदे ने मन दा सुभा है ओ हमेशा बोतात विच विकार ही चितवदा है चाहंदा है
ਗੁਰੂ ਨੇ ਬਾਣੀ ਵਿੱਚ ਆਖਿਆ ਜੋ ਮੰਗੇ ਤੋ ਮੰਗੇ ਬੀ ਆ। ਇਸੇ ਲਈ ਦੁਖੀ ਹੈ ਕਿਉਂਕਿ ਝੂਠੇ ਕਰਤੇ ਆ ਮਨੋਰਥ ਕੋਈ ਨਾ ਪੂਰਿਆ ਚੱਲਦਾ ਉਠ ਨਿਰਾਸ਼ ਫਿਰ ਦੁਖੀ ਹੁੰਦਾ। ਜੋ ਮੰਗੇ ਤੋ ਮੰਗੇ ਬੀਆ ਬੀਆ ਦਾ ਅਰਥ ਹੁੰਦਾ ਦੂਜਾ ਬੀਏ ਦਾ ਅਰਥ ਦੂਜਾ ਇੱਕ ਨਹੀਂ ਮੰਗਦਾ ਕਿਉਂਕਿ ਇੱਕ ਲਫ਼ਜ਼ ਜਿਹੜਾ ਉਹ ਰੱਬ ਨਾਲ ਜੁੜਦਾ ਉਹ ਇੱਕ ਹੈ ਤੇ ਬੀਆ ਦੂਜਾ ਲਫ਼ਜ਼ ਹੈ ਜਿਹੜਾ ਮਾਇਆ ਦੇ ਸੁੱਖ ਦੁਨੀਆਦਾਰੀ ਦੇ ਸੁੱਖ ਵਿਕਾਰ ਉਹ ਮੰਗਦਾ ਹੈ। ਬਸ ਆਮ ਜੀਵਨ ਵਿੱਚ ਵੀ ਆਪਾਂ ਕਦੀ ਨਿਗਾਹ ਮਾਰੀ ਹੈ ਆਪਾਂ ਗੁਰੂ ਦਰਬਾਰ ਵਿੱਚ ਵੀ ਜਦੋਂ ਆਉਂਦੇ ਹਾਂ ਉਹਦੇ ਵਿੱਚ ਕੁਛ ਮੰਗ ਤਾਂ ਮਨ ਅੰਦਰ ਹੁੰਦੀ ਹੈ ਮੱਥਾ ਟੇਕਣ ਲੱਗੇ ਹਾਂ ਨਮਸਕਾਰ ਕਰਨ ਲੱਗੇ ਹਾਂ ਕੁਛ ਨਾ ਕੁਛ ਜ਼ਰੂਰ ਮੰਗਦੇ ਹਾਂ। ਪਰ ਗਰੀਬਾਂ ਵਿੱਚ ਝਾਤ ਮਾਰੀਏ ਭਲਾ ਜੋ ਕੁਝ ਵੀ ਅਸੀਂ ਮੰਗਦੇ ਹਾਂ ਉਹਦੀ ਲਿਸਟ ਕੀ ਹੈ ਮੇਰੇ ਕੋਲ ਦੌਲਤ ਆ ਜਾਏ ਮੈਂ ਅਮੀਰ ਹੋ ਜਾਵਾਂ ਮੇਰੇ ਬੱਚੇ ਪੜ੍ਹ ਜਾਣ ਮੇਰੇ ਘਰ ਸੁੱਖ ਆ ਜਾਣ ਮੇਰੀ ਦੁਕਾਨ ਕਾਰੋਬਾਰ ਜ਼ਿਆਦਾ ਚੱਲੇ ਭਲਾ ਇਹ ਸਾਰਾ ਕੁਛ ਜਿਹੜਾ ਇਹਦੇ ਬਦਲੇ ਵਿੱਚ ਇਹਦੇ ਵਿੱਚੋਂ ਕੀ ਪ੍ਰਗਟ ਹੋਣਾ ਹੈ ਜੇ ਉਹ ਇੱਕ ਨਾ ਮੰਗਿਆ ਜਾਏ ਬੀਆ ਮੰਗਿਆ ਜਾਏ ਉਹਦੇ ਵਿੱਚੋਂ ਕੀ ਮਿਲਣਾ। ਸਤਿਗੁਰੂ ਨੇ ਬਾਣੀ ਅੰਦਰ ਸ਼ਬਦ ਅੰਦਰ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਹੇ ਮੇਰੇ ਮਾਲਕ ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ। ਮਨ ਬੜਾ ਕਮੀਨਾ ਹੈ ਫਿਰ ਕਹਿੰਦੇ ਨੇ ਕਮ ਤਰੀਨ ਕਮੀਨੇ ਤੋਂ ਵੀ ਕਮੀਨਾ ਹੈ ਬੁਰੇ ਤੋਂ ਵੀ ਬੁਰਾ ਹੈ ਕਿਉਂਕਿ ਚੰਗੀ ਗੱਲ ਕੁਝ ਮੰਗਦਾ ਹੀ ਨਹੀਂ। ਗੁਰਬਾਣੀ ਦੀ ਲਾਈ ਮਨ ਕਮੀਨ ਕਮ ਤਰੀਨ ਪਰ ਹੇ ਮਾਲਕ ਤੂੰ ਤਾਂ ਦਰਿਆ ਦਿਲ ਹੈ ਵੱਡੇ ਦਿਲ ਵਾਲਾ ਹੈ ਤੂੰ ਮਨ ਦੇ ਆਖੇ ਥੋੜਾ ਚੱਲਣਾ। ਗੁਰੂ ਕਹਿੰਦੇ ਨੇ ਜੋ ਮੈਂ ਚਿਤਵਾਂ ਨਾ ਕਰੇ ਤੇਰੀ ਆਪਣੀ ਸ਼ਕਤੀ ਹੈ ਤੇਰੀ ਆਪਣੀ ਸੋਚ ਹੈ ਤੇ ਉਸ ਸੋਚ ਵਿੱਚ ਰਹਿਮਤ ਹੈ ਬਦਲਾ ਤਾਂ ਹੈ ਨਹੀਂ ਉਸ ਵਿੱਚ ਜ਼ੁਲਮ ਤਾਂ ਹੈ ਹੀ ਨਹੀਂ ਮਾਲਕ ਦੀ ਸੋਚ ਤਾਂ ਹਮੇਸ਼ਾ ਰਹਿਮਤ ਭਰੀ ਹੈ ਵੱਡੇ ਦਿਲ ਵਾਲਾ। ਕਹਿਣ ਲੱਗੇ ਮਨ ਕਮੀਨ ਕਮ ਤਰੀਨ ਭੈੜੇ ਤੋਂ ਭੈੜਾ ਹੈ ਪਰ ਤੂੰ ਦਰਿਆਓ ਖੁਦਾਇਆ ਇਹ ਖੁਦਾਵੰਦ ਹੇ ਅੱਲਾ ਤਾਲਾ ਤੂੰ ਤਾਂ ਦਰਿਆ ਦਿਲ ਹੈ ਵੱਡੇ ਦਿਲ ਵਾਲਾ ਹੈ ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ। ਇਸ ਲਈ ਤੂੰ ਮਨ ਦੀ ਗੱਲ ਨਹੀਂ ਕਰਨੀ ਮੇਰੇ ਮਨ ਮੇਰੀ ਮੰਗ ਕੀ ਹੈ ਤੂੰ ਆਪਣੀ ਰਹਿਮਤ ਨਾਲ ਜੋ ਚੀਜ਼ ਮੇਰੇ ਲਈ ਚੰਗੀ ਹੈ ਉਹ ਮੈਨੂੰ ਦੇ। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ ਇੱਕ ਚੀਜ਼ ਮੁਝੇ ਦੇ ਮੈਨੂੰ ਇੱਕ ਚੀਜ਼ ਦੇ ਬੀਆ ਨਹੀਂ ਮੈਂ ਮੇਰੇ ਮਨ ਦੀ ਹਾਲਤ ਤਾਂ ਇਹ ਜੋ ਮੰਗੇ ਸੋ ਮੰਗੇ ਬੀਆ ਇਸ ਲਈ ਦੁਖੀ ਹੋ ਰਿਹਾ ਤਾਂ ਤੇ ਕੁਸ਼ਲ ਨਾ ਕਬੂ ਥੀ ਆ ਇਸ ਲਈ ਮੇਰੇ ਘਰ ਵਿੱਚ ਮੇਰੇ ਕੋਲ ਖੁਸ਼ੀ ਨਹੀਂ ਕਿਉਂਕਿ ਮੈਂ ਬੀਆ ਮੰਗ ਰਿਹਾ। ਕਹਿਣ ਲੱਗੇ ਜੋ ਮੰਗੋ ਤੋ ਮੰਗੇ ਬੀਆ ਤਾਂ ਤੇ ਕੁਸ਼ਲ ਨਾ ਕਬੂ ਥੀ ਆ ਪਰ ਤੂੰ ਤੇ ਰਹਿਮਤ ਦਾ ਖਜ਼ਾਨਾ ਤੂੰ ਮੇਰੇ ਆਖੇ ਤੇ ਮੈਨੂੰ ਬੀਆ ਨਾ ਦੇ ਬਲਕਿ ਇੱਕ ਦੇ। ਕਹਿਣ ਲੱਗੇ ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ
एक चीज मुझे दे, अवर जहर चीज ना पाया। और हर एक चीज जड़ी संसारिक विकारिक जहर है वो मैनू नहीं चाहिए। उनके नाल बर्बाद हो गया। अगे जाके सन्नू ने तक आखे आखे कह लगे मैनू वो चीज बेशक मन की हालत आए हैनू वो चीज चंगी लगती है। सतगुरु बाणी विच मक्खी मिठे मरना, मिठा मक्खी नू चंगा लगदा। सतगुरु ने बाणी विच एग्जाम्पल दिती, कहन लगे लिगली गिली रोडड़ी पवदी पव पवे आए, जो बैठे सो फाथिया उबरे भाग मत आए। गुड़ दी रोड़ी गिली सी पर मक्खी नू मिठी लगदी सी। ओ आके उड़दी उड़दी उन्दे ते बह गई ते बहंदे सार फस गई। कहन लगे जो बैठे सोफा थे मिठे मखमूआ। सद्दू ने बाणी विच आख्या, कहन लगे मिठे मखमूआ क्यों लाए उड़ारी, मुड़के किवें उड़े उथे जान गुआ बैठी, तड़प तड़प के मर गई। मिठे मखमूआ क्यों लाए उड़ारी, हस्ती गर्त पिया क्यों तरिए तारी। आपे सहेड़े ने दुख क्योंकि विकारा विचों सुख पलदा है, समझदा है विकारा विचों सुख मिलते ने, क्योंकि मनुख नू विकार मिठे लगते ने। सतगुरु कहते मोती तो मंदर उसरे कुछ रतनी तो होए जड़ा कस्तूर कुंगू अगर चंदन ली पावे। उन्हां नूं वेख के विसर जांदा रब, मत देख भूला विसरै तेरा चित ना आवे ना। ओ कहिंदा ओ मिठे ने, ओ मिठे लगदे ने। मिठे मिठे मखमूआ क्यों लै उडारी, हस्ती गर्त पया क्यों तरिए तारी। जिवें मिठास समझ के मक्खी बह गई ते जीवन बर्बाद कर बैठी, जिवें एक कालबूत कागज दी हथनी वेख के भुलेखे विच पै गया हाथी ते ओ अपना जीवन बर्बाद कर बैठा। कहन लगे इसे तरह मैं देखदा की हां, मिठा करके खाया कौड़ा उपजिया साध। जिन्ना विकारा नू मिठा करके मैं जीवन विच धारण कीता, जदों उन्हां दा रिजल्ट सामने आया ओ कौड़ा सी। भावे ओ जबान दे रस सन, भावे मन दे रस सन। अज डॉक्टर कहिंदे ने सतगुरु ने भी बाणी विच आख्या, रुखी सुखी खाए के ठंडा पानी पी। अज डॉक्टर भी कहिंदे ने साधारण सादा खाना खाओ, बहुते विकार चस्कियां विच ना पाओ नहीं तो बीमारियां लग जांदियां। बदलवे लफ्ज़ दी सोच ही है, गुरु भी इहो गल फरमा रहे ने। कहिंदे ने मिठा करके खाया कौड़ा उपजिया साग साध। कहिंदे ने भोगंग तरोगंग, जे विकारां दे भोग विच पैंगा उंदे विच रोग पैदा होणगे। मेरे मालक ने जीवन दित्ता है उंदा शुकर कर, उन्हें जीवन दी जाच सिखाण वास्ते नाल तेरे गुरु बिठा दित्ता है। एक बार लफज आया सी, सांझी गुर नाल बहा लिया सर्व सुख पाए। उन्हें जीवन अंदर सांझी जेड़ा सिद्धा दखल अंदाजी कर सकता तेरे जीवन नू बदल सकता है, उन्हें तेरे नाल सांझी कर दिता है, नाल बिठा। एक गल वखरी है, तू सांझी दी गल ही नहीं सुनता,
ਪਰ ਸਾਂਝ ਨਿਭਦੀ ਹੈ ਜੇ ਗੱਲ ਹੀ ਨਾ ਸੁਣੇ। ਤੁਸੀਂ ਕਿਸੇ ਨਾਲ ਪਾਰਟਨਰਸ਼ਿਪ ਕਰਕੇ ਵੇਖ ਲਓ, ਹਰ ਕੰਮ ਦਾ ਫੈਸਲਾ ਕਰਨ ਲਈ ਤੁਹਾਨੂੰ ਉਹਦੇ ਨਾਲ ਕੋਈ ਮੀਟਿੰਗ ਕਰਨੀ ਪੈਂਦੀ ਹੈ, ਉਹਦੀ ਸਲਾਹ ਲੈਣੀ ਪੈਂਦੀ ਹੈ, ਉਹਦੀ ਗੱਲ ਮੰਨਣੀ ਵੀ ਪੈਂਦੀ ਹੈ, ਕਿਉਂਕਿ ਮੇਰਾ ਪਾਰਟਨਰ ਹੈ। ਪਾਰਟਨਰਸ਼ਿਪ ਟੁੱਟ ਜਾਏਗੀ ਜੇ ਉਹਦੀ ਗੱਲ ਨੂੰ ਨਜ਼ਰ ਅੰਦਾਜ਼ ਕਰਾਂਗਾ। ਪਰ ਤੇਰੀ ਗੁਰੂ ਨਾਲ ਕਿਵੇਂ ਸਾਂਝ ਰਹੇਗੀ, ਜਿਹੜਾ ਸਾਂਝੀ ਨਾਲ ਬਿਠਾ ਦਿੱਤਾ ਗੁਰੂ ਰੱਬ ਨੇ, ਅਤੇ ਬਿਠਾਇਆ ਵੀ ਇਸ ਲਈ ਤਾਂ ਕਿ ਤੂੰ ਸੁਖੀ ਰਵੇਂ। ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁੱਖ ਪਾਏ, ਮੈਂ ਨਾਲੋਂ ਕਦੇ ਨਾ ਵਿਛੜੇ, ਉਹਦੀ ਮੇਰੀ ਪਾਰਟਨਰਸ਼ਿਪ ਟੁੱਟ ਨਾ ਜਾਏ। ਪਰ ਉਹਦੀ ਇੱਕ ਸ਼ਰਤ ਤਾਂ ਜ਼ਰੂਰੀ ਹੈ ਨਾ, ਤੂੰ ਆਪਣੇ ਜੀਵਨ ਦੇ ਹਰ ਕੰਮ ਹਰ ਫੈਸਲੇ ਲਈ ਉਹਦੀ ਸਲਾਹ ਲਵੇਂ, ਬੈਠ ਕੇ ਉਹਦੇ ਨਾਲ ਮੀਟਿੰਗ ਕਰੇ। ਸਾਡਾ ਅਤੇ ਗੁਰੂ ਨਾਲ ਆਪਸੀ ਪਿਆਰ ਤਾਂ ਹੀ ਨਿਭਦਾ ਨਾ। ਸਤਸੰਗਤ ਦਾ ਮਤਲਬ ਕੀ ਹੈ, ਗੁਰਬਾਣੀ ਪੜ੍ਹਨ ਸੁਣਨ ਦਾ ਮਤਲਬ ਕੀ? ਅਸੀਂ ਗੁਰੂ ਨਾਲ ਜਿਹੜੀ ਉਹ ਸਾਂਝ ਪਾਰਟਨਰਸ਼ਿਪ ਹੈ ਨਾ ਜੀਵਨ ਦੀ, ਉਹਨੂੰ ਬਰਕਰਾਰ ਰੱਖਣਾ ਹੈ। ਗੁਰੂ ਕਹਿੰਦੇ ਨੇ ਸਾਂਝੀ ਗੁਰ ਨਾਲ ਬਹਾ ਲਿਆ, ਉਹਨੇ ਤੈਨੂੰ ਜੀਵਨ ਦਿੱਤਾ, ਉਹਦਾ ਧੰਨਵਾਦ ਕਰ। ਉਹਨੇ ਤੈਨੂੰ ਨਾਲ ਬਿਠਾ ਦਿੱਤਾ ਹੈ, ਤੇਰਾ ਸਾਂਝੀ ਬਣਾ ਕੇ ਤੇਰੇ ਹਰ ਖਤਰੇ ਤੋਂ ਤੈਨੂੰ ਜਾਣਕਾਰ ਕਰਨ ਲਈ, ਤੈਨੂੰ ਬਚਾਉਣ ਲਈ ਉਹਦੇ ਨਾਲ ਸਾਂਝੀ ਵਾਲਤਾ ਕਾਇਮ ਰੱਖ, ਬਸ ਜੀਵਨ ਸਫਲ ਹੈ। ਪਰ ਜੇ ਤੂੰ ਉਹਦੀ ਗੱਲ ਨਾ ਸੁਣੇ, ਉਹ ਤਾਂ ਤੈਨੂੰ ਇੱਕ ਗੱਲ ਆਖ ਰਿਹਾ ਹੋਵੇ, ਕਿੱਡੀ ਅਜੀਬ ਗੱਲ। ਇੱਕ ਲਾਈਨ ਅੰਦਰ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਗੁਰੂ ਤਾਂ ਇੱਕ ਗੱਲ ਸਮਝਾ ਰਿਹਾ, ਉਹ ਕੀ? ਕਰ ਵਿਚਾਰ ਬੇਕਾਰ ਪਰ ਹਰ। ਕਿੱਡੀ ਖੂਬਸੂਰਤ ਗੱਲ ਹੈ ਇੱਕ ਲਫ਼ਜ਼ ਵਿੱਚ। ਕਹਿਣ ਲੱਗੇ ਹਰ ਕੰਮ ਕਰਨ ਲੱਗਿਆਂ ਵਿਚਾਰ ਕਰ, ਕਿਹਦੇ ਨਾਲ? ਗੁਰੂ ਨਾਲ। ਵਿਕਾਰਾਂ ਨੂੰ ਦੂਰ ਕਰ ਦੇਵੇਗਾ ਵਿਕਾਰ ਪਰ, ਕਿਉਂਕਿ ਜਦੋਂ ਵੀ ਵਿਚਾਰ ਕਰੇਗਾ ਉਦੋਂ ਜੇ ਬੋਲਣ ਤੋਂ ਪਹਿਲਾਂ ਵਿਚਾਰ ਕਰੇਗਾ, ਨਿੰਦਾ ਤੋਂ ਬਚ ਜਾਏਗਾ, ਚੁਗਲੀ ਤੋਂ ਬਚ ਜਾਏਗਾ, ਗਲਤ ਕਿਸੇ ਨੂੰ ਮੰਦਾ ਬੋਲਣ ਤੋਂ ਬਚ ਜਾਏਗਾ। ਗੁਰੂ ਨੇ ਬਾਣੀ ਵਿੱਚ ਇਸ ਲਈ ਆਖ, ਸਗਲ ਬੋਲਣ ਕੇ ਮਾਹੇ ਵਿਚਾਰ। ਕਹਿਣ ਲੱਗੇ ਕਰ ਵਿਚਾਰ ਬੇਕਾਰ ਪਰ ਹਰ, ਵਿਕਾਰਾਂ ਨੂੰ ਪਰਾਂ ਸੁੱਟ ਦੇ, ਵਿਚਾਰ ਕਰ। ਜਿਹੜੀ ਚੀਜ਼ ਵੀ ਜਿਹੜਾ ਵੀ ਕੰਮ ਵਿਚਾਰ ਅਧੀਨ ਹੋਏਗਾ ਉਹ ਹਮੇਸ਼ਾ ਗੁਣਾਂ ਤੋਂ ਬਚ ਜਾਏਗਾ। ਮਨੁੱਖ ਜਿੰਨੇ ਵਿਕਾਰ ਕਰ ਰਿਹਾ ਵਿਚਾਰਹੀਨ ਹੋ ਕੇ ਕਰ ਰਿਹਾ, ਕਿਉਂਕਿ ਵਿਚਾਰ ਵਿੱਚੋਂ ਗਿਆਨ ਮਿਲਣਾ। ਜਦੋਂ ਵਿਚਾਰ ਛੱਡ ਦਿੰਦਾ, ਮੈਂ ਇਸ ਲਈ ਇੱਕ ਵਾਰ ਕੀਤੀ ਸੀ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਵਿਚਾਰ ਦਾ ਸੰਗ੍ਰਹਿ। ਸਾਨੂੰ ਤਾਂ ਮੇਰੇ ਰੱਬ ਨੇ, ਮੇਰੇ ਗੁਰੂ ਨੇ ਵਿਚਾਰ ਦਾ ਖਜ਼ਾਨਾ ਹੀ ਸਾਡੇ ਕੋਲ ਭੇਜਿਆ, ਲੈ ਆ ਤੇਰਾ ਗੁਰੂ ਹੈ। ਇਸ ਲਈ ਅਸੀਂ ਆਖਦੇ ਨੇ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਾਡੇ ਤੇ ਜੀਵਨ ਦਾ ਸਹਾਰਾ ਸਾਥੀ ਜੀਵਨ ਵਿੱਚ ਵਿਚਾਰ ਹੈ। ਗੁਰੂ ਕਹਿੰਦੇ ਨੇ ਜੇ ਵਿਚਾਰ ਗੁਰੂ ਦੀ ਵਿਚਾਰ ਦੇ ਨਾਲ ਸੰਬੰਧ ਜੋੜੇਗਾ ਵਿਕਾਰ ਤੋਂ ਬਚ ਜਾਏਗਾ। ਕਰ ਵਿਚਾਰ ਵਿਕਾਰ ਪਰ ਹਰ, ਤਰਨ ਤਾਰਨ ਸੋਏ। ਪਰ ਹਾਲਤ ਕੀ ਹੈ? ਹਾਲਤ ਇਹ ਹੈ, ਸਤਿਗੁਰੂ ਨੇ ਬਾਣੀ ਅੰਦਰ ਹੀ ਬੜੀ ਸਮਝਾਉਣ ਲਈ ਇੱਕ ਗੱਲ ਆਖੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਬੇਕਾਰ ਪਾਥਰ ਗਲੇ ਬਾਂਧੇ, ਬੇਕਾਰ ਜਿਹੜੇ ਸਨ, ਬੇਕਾਰ ਜਿਹੜੇ ਸਨ ਉਹ ਪੱਥਰ ਰੂਪ ਸਨ, ਤੂੰ ਉਹਨਾਂ ਨੂੰ ਗਲ ਵਿੱਚ ਬੰਨ ਲਿਆ। ਨਿੰਦ ਭਾਰ ਸਰਾਏ ਤੇ ਨਿੰਦਾ ਦੀ ਬੜੀ ਵੱਡੀ ਗੰਢ ਬੰਨ ਕੇ ਤੂੰ ਸਿਰ 'ਤੇ ਚੁੱਕ ਲਈ, ਗਲੇ 'ਚ ਵੀ ਪੱਥਰ ਸਿਰ 'ਤੇ ਵੀ ਨਿੰਦਾ ਦੀ ਭਰੀ ਹੋਈ ਪੋਟਲੀ, ਨਿੰਦ ਪੋਟ ਸਿਰਾਏ, ਦਿਨ ਰਾਤ ਨਿੰਦਾ ਚੁਗਲੀ, ਦੂਜੇ ਨੂੰ ਮਾੜਾ ਆਖਣਾ ਮੰਦਾ ਬੋਲਣਾ, ਤੇਰੇ ਸਿਰ 'ਤੇ ਚੁੱਕੀ ਹੋਈ ਨਿੰਦਾ ਦੀ ਪੋਟ ਭਾਰੀ ਹੋ ਰਹੀ ਹੈ, ਦਿਨ ਬ ਦਿਨ ਭਾਰੀ ਹੋ ਰਹੀ ਹੈ। ਤੈਨੂੰ ਖਿਆਲ ਨਹੀਂ ਆਉਂਦਾ
ਕਿ ਇੰਨਾ ਭਾਰ ਚੁੱਕ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਹੋਵੇਂਗਾ। ਬਾਬਾ ਕਬੀਰ ਜੀ ਦਾ ਇੱਕ ਹੋਰ ਸਲੋਕ ਹੈ ਜਿਸ ਬਾਬਾ ਕਬੀਰ ਜੀ ਆਖਦੇ ਨੇ, ਕਬੀਰ ਭਾਰ ਪਰਾਈ ਸਿਰ 'ਚ ਰਹਿ, ਪਰਾਈ ਨਿੰਦਾ ਕਰਕੇ ਤੂੰ ਪਰਾਇਆ ਭਾਰ ਸਿਰ 'ਤੇ ਚੁੱਕ ਰਿਹਾ। ਕਬੀਰ ਭਾਰ ਪਰਾਈ ਸਿਰ 'ਚ ਰਹਿ, ਚੱਲਿਓ ਚਾਹੇ ਬਾਟ, ਸਿਰ 'ਤੇ ਇੰਨਾ ਭਾਰ ਚੁੱਕ ਕੇ ਤੂੰ ਵਾਟ 'ਤੇ ਭਾਵ ਰਾਹ 'ਤੇ ਚੱਲਣਾ ਚਾਹਨਾ, ਕਿੰਨੀ ਕੁ ਦੇਰ ਚੱਲੇਗਾ। ਤੂੰ ਤਾਂ ਇਹ ਸੋਚਦਾ ਹੀ ਨਹੀਂ ਵੀ ਅੱਗੇ ਕਿੰਨੇ ਔਖੇ ਰਾਹ ਨੇ, ਉਹਨਾਂ ਰਾਹਾਂ 'ਤੇ ਤੁਰਨਾ ਖਾਲੀ ਹੱਥ ਵੀ ਔਖਾ ਸੀ, ਪਰ ਤੂੰ ਤਾਂ ਭਾਰ ਚੁੱਕਿਆ ਹੋਇਆ। ਕਬੀਰ ਭਾਰ ਭਰਾਈ ਸਿਰ ਚੜ੍ਹੈ, ਚੱਲਿਓ ਚਾਹੇ ਬਾਟ। ਫਿਰ ਕਹਿਣ ਲੱਗੇ, ਮੈਂ ਦੇਖਦਾ ਕੀ ਹਾਂ ਆਪਣੇ ਬਾਰੇ ਨਾ ਡਰਿਆ। ਇਹ ਡਰਦਾ ਹੀ ਨਹੀਂ ਕਿ ਮੇਰੇ ਸਿਰ 'ਤੇ ਇੰਨਾ ਭਾਰ ਚੁੱਕਿਆ, ਮੈਂ ਕਿਵੇਂ ਸਫ਼ਰ ਕਰਾਂਗਾ, ਮੈਨੂੰ ਮੰਜ਼ਿਲ ਕਿਵੇਂ ਮਿਲੇਗੀ, ਮੈਨੂੰ ਕਿਨਾਰਾ ਕਿਵੇਂ ਮਿਲੇਗਾ। ਭਾਰ ਭਰਾਈ ਸਿਰ ਚੜ੍ਹੈ, ਚੱਲਿਓ ਚਾਹੇ ਬਾਟ, ਆਪਣੇ ਬਾਰੇ ਨਾ ਡਰੈ, ਆ ਗਿਆ ਉਹ ਗੱਡ ਘਾਟ। ਅੱਗੇ ਬੜਾ ਔਖਾ ਰਸਤਾ। ਸਤਿਗੁਰੂ ਨੇ ਬਾਣੀ ਅੰਦਰ ਇਸੇ ਲਈ ਆਖਿਆ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਤੂੰ ਪੱਥਰ ਤਾਂ ਗਲ ਵਿੱਚ ਪਾਏ ਹੋਏ ਨੇ, ਸਿਰ 'ਤੇ ਨਿੰਦਾ ਦਾ ਭਾਰ ਉਠਾਇਆ ਹੋਇਆ ਹੈ। ਕਹਿਣ ਲੱਗੇ, ਬੇਕਾਰ ਪੱਥਰ ਗਲੇ ਬੰਧ, ਨਿੰਦ ਪੋਟ ਸਿਰਾਏ, ਨਿੰਦਾ ਦੀ ਪੋਟ ਗਠੜੀ ਸਿਰ 'ਤੇ ਭਰ ਕੇ ਬੰਨੀ ਹੋਈ, ਬੰਨ ਕੇ ਸਿਰ 'ਤੇ ਚੁੱਕੀ ਹੋਈ। ਪਰ ਕਹਿਣ ਲੱਗੇ, ਮਹਾਂਸਾਗਰ ਸਮੁੰਦਰ ਲੰਘਣਾ, ਇੰਨਾ ਸਮਾਨ ਪੱਥਰ ਲੱਦ ਕੇ ਅਤੇ ਇਹ ਪੋਟ ਚੁੱਕ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਸਵਾਲ ਹੈ ਸਾਡੇ ਹਰ ਇੱਕ ਜੀਵ ਦੇ ਸਾਹਮਣੇ ਸਵਾਲ ਹੈ। ਕਹਿਣ ਲੱਗੇ, ਬੇਕਾਰ ਪੱਥਰ ਗਲੇ ਵਾਧੇ, ਨਿੰਦ ਪੋਟ ਸਿਰਾਏ, ਮਹਾਂਸਾਗਰ ਸਮੁੰਦਰ ਲੰਘਣਾ, ਪਾਰ ਨਾ ਪਰ ਨਾ ਜਾਏ। ਉਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕੇਗਾ। ਔਰ ਇਹੋ ਗੱਲ ਬਾਬਾ ਕਬੀਰ ਜੀ ਨੇ ਅੱਜ ਦੇ ਸਲੋਕ ਵਿੱਚ ਆਖੀ। ਕਹਿਣ ਲੱਗੇ, ਜਦੋਂ ਪਾਰ ਲਾ ਕਿਨਾਰਾ ਨਹੀਂ ਮਿਲਦਾ ਤੇ ਫਿਰ ਨਿਰਾਸ਼ ਹੋ ਜਾਂਦਾ, ਦੁੱਖਾਂ ਵਿੱਚ ਪੈ ਜਾਂਦਾ। ਪਰ ਝੂਠੀਆਂ ਆਸਾਂ ਦੇ, ਵਿਕਾਰਾਂ ਦੀਆਂ ਝੂਠੀਆਂ ਆਸਾਂ ਲੈ ਕੇ ਆਪਣੇ ਜੀਵਨ ਦਾ ਆਰੰਭ ਕਰਦਾ ਹੈ। ਬਾਬਾ ਕਬੀਰ ਜੀ ਨੇ ਇਹੋ ਗੱਲ ਹੀ ਅੱਜ ਦੇ ਸਲੋਕ ਵਿੱਚ ਆਖੀ। ਕਹਿਣ ਲੱਗੇ, ਕਬੀਰ ਕਬੀਰ ਬਿਕਾਰੇ ਚਿਤਵਤੇ, ਕਬੀਰ ਬਿਕਾਰੇ ਚਿਤਵਤੇ, ਝੂਠੇ ਕਰਤੇ ਆਸ, ਝੂਠੇ ਕਰਤੇ ਮੇਰਾ।
झूठे करते आस कबीर बिकारे चितवते कबीर बिकारे चितवते कबीर बिकारे चितवते विकारां नूं चितवदा चितवदा इच्छा रखदा इकट्ठा करदा करदा जीवन गुजार जांदा है। उस विकारां दे झूठ ते अपनियां आसां दे पुल बननी जांदा है, सुपने लई जांदा है। आ कुछ एक मिल जाए आ बन जावांगा, आ कुछ मिल जाए आ बन जावांगा, और वो चीज़ नूं प्राप्त करन लई भी दुख सहेड़दा है। सुख कहे तो बहुत दुख पावत, ते जदों वो चला जांदा फिर भी दुखी होता है। सतगुरु ने इसलिए बाणी अंदर हर गल समझाण लई कोई एग्जाम्पल वरती। कहन लगे दुख दुनी सहेड़िए, दुखी दुनी सहेड़िए, जदों दुनिया इकट्ठी करिए अपने अपनी दुनिया बनाइए ता अपनी दुनिया अपने सुपनों की दुनिया वसाण लई मनुख दिन रात एक करता है ताकि मेरे सुपनों की दुनिया वस जाए, ते जे ना वसे फिर भी दुखी हुंदा। पहला बनान लग्या दुखी, मुड़के हुंदे जान लग्या दुखी। गुरु ने बाणी विच आख्या कह लगे दुखी दुनी सहेड़िए जाए तां लंगे दुख। हर पास इसलिए चंगी गल ये है कि कर विचार बेकार पर हर, बेकार पर हर, विकारां नाल अपनी दुनिया ना वसा। विश्वास कर जे विकारां नाल दुनिया वसाण दी कोशिश करेगा ता इयों ही होएगा, झूठे करते आस मनोरथ कोए ना पूरे हो चल उठ निरास। गुरु कहंदे ने आ गुरमत दे खेतर विच जो मेरा मालिक तैनू तेरी दुनिया दिंदा है उस दुनिया विच रह, फिर की होएगा ये दुनिया सुभान जे सच कमाई है। सतगुरु बाणी विच सुभान दा मतलब तां बहुत खूबसूरत, फिर दुनिया खूबसूरत हो जाएगी। ये दुनिया सुभान जे सच कमाई है, सुझै दर दीबान आप गवाई है। इन्हां शब्दां नाल खिमांदा जा चुका, फतेह बुलाओ। वाहिगुरु जी का खालसा, वाहिगुरु जी की फतेह।